सिक्योरिटी 424 बंदे तो वापस ली है, किसी के 2 कटाए, किसी के 10 कटाए। ये पहली बार नहीं होया, ये तीजी बार होया। ये 2 बार पहले सिक्योरिटी कटाई चुकी है, उसमें 1000 बंदे जड़े ने वह वापस आ गए ने। हुण जिहड़ी ये कटाई है 2000 बंदे, जिहड़ी टोटल 3000 पुलिस के कर्मचारी जिहड़े सिक्योरिटी से लगे हुए सी, वह हुण वापस अपनियां ड्यूटियां ते आउणगे। आम तौर ते कह रहे हैं कि जो ये गल हुंदी है तां लोगों ने इस गल की जिहड़ी है सलाघा की है कि भगवंत मान का ये स्टैप वधिया है, पर नाल जिवें सिंह साहब ज्ञानी हरप्रीत सिंह की जां ज्ञानी रघुवीर सिंह होरां की सिक्योरिटी घटाई है धार्मिक डेरिया चो, उहदे च धार्मिक डेरिया नाल अकाल तख्त साहब नूं मिलाउणा, ये जिहड़ा है लोगों नूं ये नागवार गुजरिया। ये तो लोग जिहड़े है आलोचना कर रहे ने, शायद इसे आलोचना दे कारण ही शाम तक उन्होंने सिक्योरिटी वापस भी कर दी गई, जिहड़ी उन्होंने जवाब देता असीं नहीं लैनी। वैसे तो बहुत सारे जिवें हुण जिहड़े सारे डेरां च हुण भैणी साहब दा ते उह जिहड़े मुखी ने उदय सिंह की सिक्योरिटी, दरबार साहब के हैड ग्रंथी ज्ञानी जगतार सिंह की शाही इमाम बारे भी दस्सिया जिहनी लगभग कैंची जिहड़ी है फ्री। हुण इस गल ते विरोधी धिरां आ गईआं, वह कहते भी बहुत वधिया, चलो मान लैने भी तुहाडा तुसीं आउटपुट लैके एजेंसियां दी इह काम कीता है, पर इह दोगली नीति क्यों? दोगली नीति किवें कहिंदे ने विरोधी धिरां? इह कहिंदियां ने जी दिल्ली दे विच 90 पुलिस वाले जिहड़े ने उहनां नूं क्यों तुसीं सिक्योरिटी दित्ती हुई है अरविंद केजरीवाल नूं पंजाब दी, राघव चड्ढा नूं किस कपैसिटी च तुसीं 45 बंदे दित्ते ने, ते लोग जिहड़े भगवंत सिंह मान होरां दी मदर और उहनां दी सिस्टर दे उहदे भी सवाल उठाउंदे ने कि 20 जिहड़े बंदे उहनां नूं किवें दित्ते ने। पंजाब दे मुख्यमंत्री दी तां 800-900 दी सिक्योरिटी हुंदी है, तां पता ही है वी मुख्यमंत्री नूं सिक्योरिटी मिलनी हुंदी है। इस किस्म दी भी लोग गल्लां करदे ने। खैर इह फैसला जे VIP कल्चर नूं खत्म करन वाला तां बहुत वधिया है, ते इहदे च सिलेक्टेड ना होण सारिआं नूं इक्को जिहे तरीके नाल जिहड़ा है ਉਹ ਰੱਖਿਆ ਜਾਵੇ, ਕੋਈ ਜਿਹੜੀ ਤਰਕ ਜਾਂ ਜਸਟੀਫਿਕੇਸ਼ਨ ਜਿਹੜੀ ਲੋਕਾਂ ਨਾਲ ਜਿਨ੍ਹਾਂ ਦਾ ਜ਼ਿਕਰ ਵਿਰੋਧੀ ਧਿਰਾਂ ਕਰ ਰਹੀਆਂ ਨੇ ਉਹਨਾਂ ਦਾ ਦੱਸਣਾ ਸਰਕਾਰ ਲਈ ਜ਼ਰੂਰੀ ਹੈ। ਇੱਕ ਸਰਕਾਰ ਨੇ ਇੱਕ ਚੰਗਾ ਕੰਮ ਹੋਰ ਕੀਤਾ, ਚੰਗਾ ਕੰਮ ਜੇ ਅਸੀਂ ਸਿਕਿਉਰਿਟੀ ਕੱਟ ਦਾ ਵੀ ਮੰਨ ਲਈਏ, ਤੇ ਦੂਜਾ ਚੰਗਾ ਕੰਮ ਇਹ ਹੈ ਕਿ ਲੋਕਾਂ ਨੂੰ ਜਿਹੜੀਆਂ ਸੇਵਾਵਾਂ, ਸਭ ਤੋਂ ਜ਼ਿਆਦਾ ਲੋਕਾਂ ਦੀ ਖੱਜਲ ਖੁਆਰੀ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਫਰਜ਼ ਲੈਣ ਜਾਂਦਾ ਹੈ, ਜਦੋਂ ਕਿਸੇ ਨੇ ਬਰਥ ਸਰਟੀਫਿਕੇਟ ਲਿਆਉਣਾ ਹੈ, ਜਦੋਂ ਕਿਸੇ ਦੇ ਬਰਥ ਸਰਟੀਫਿਕੇਟ 'ਚ ਨਾਂ ਗਲਤ ਹੈ, ਜੋ ਕਿਸੇ ਨੇ ਡੁਪਲੀਕੇਟ ਸਰਟੀਫਿਕੇਟ ਲੈਣਾ ਹੈ, ਜੇ ਕਿਸੇ ਨੇ NOC ਲੈਣੀ ਹੈ। ਤੇ ਹੁਣ ਮਾਨ ਸਾਹਿਬ ਕਹਿੰਦੇ ਪੰਜਾਬ ਦੇ 526 ਸੇਵਾ ਕੇਂਦਰ ਨੇ, ਇਹਨਾਂ ਦੀਆਂ ਜਿਹੜੀਆਂ 300 ਤੋਂ ਕੁਛ ਵੱਧ ਸੇਵਾਵਾਂ ਜਿਹੜੀਆਂ ਅਸੀਂ ਦੇ ਰਹੇ ਸੀ ਉਹਦੇ 'ਚ 122 ਹੋਰ ਜੋੜ ਦਿਓ, ਇਹ ਤੁਸੀਂ ਉੱਥੋਂ ਹੀ ਤੁਹਾਨੂੰ ਮਿਲ ਜਾ ਕਰਨਗੀਆਂ। ਇਹ ਗੱਲ ਹੈ ਬਹੁਤ ਵਧੀਆ। ਦੋ ਗੱਲਾਂ ਜ਼ਰੂਰ ਨੇ ਮਾਨ ਸਾਹਿਬ, ਕਦੇ ਲਾਈਨ ਦੇਖਿਓ ਜਿਹੜੀ ਸੇਵਾ ਕੇਂਦਰਾਂ 'ਚ ਲੱਗੀ ਹੋਈ ਹੈ, ਸੇਵਾ ਕੇਂਦਰਾਂ ਦੀ ਗਿਣਤੀ ਜਿਹੜੇ ਬੰਦ ਪਏ ਨੇ, ਜਿਨ੍ਹਾਂ 'ਚੋਂ 75 ਨੂੰ ਤਾਂ ਤੁਸੀਂ ਮੁਹੱਲਾ ਕਲੀਨਿਕ ਬਣਾਉਣ ਲੱਗੇ ਸੀ ਤੇ ਹੁਣ ਪਤਾ ਨਹੀਂ ਕਦੋਂ ਬਣਨੇ ਨੇ, ਕਿਉਂਕਿ ਜਿਹੜੇ ਸੇਵਾ ਕਰ ਰਹੇ ਸੀ ਸੇਵਾ ਕੇਂਦਰਾਂ ਦੀ ਜਿਹੜੇ ਬੰਦ ਪਏ ਸੀ ਸਿਹਤ ਮੰਤਰੀ, ਉਹ ਤਾਂ ਰੋਪੜ ਜੇਲ੍ਹ 'ਚ ਆਰਾਮ ਫਰਮਾਉਣ ਲੱਗ ਗਏ, ਜਾ ਕੇ ਤੁਸੀਂ ਭੇਜੇ ਨੇ ਉੱਥੇ ਵੀ ਕਰ ਲਓ ਆਰਾਮ, ਲੇਕਿਨ ਹੋਰ ਸੇਵਾ ਕੇਂਦਰਾਂ ਦੀ ਲੋੜ ਹੈ। ਲੇਕਿਨ ਆਹ ਗੱਲ ਤੁਸੀਂ ਬਹੁਤ ਵਧੀਆ ਕੀਤੀ, ਜਿਵੇਂ ਕੱਲ ਫਰਦਾਂ ਦੀ ਕੀਤੀ ਸੀ ਕਿ ਫਰਦ ਆਨਲਾਈਨ ਮਿਲ ਜਾ ਕਰੂਗੀ, ਉਵੇਂ ਇਹਨਾਂ ਨੇ ਜੋ ਮਰਜ਼ੀ ਲੈਣਾ। 122 ਦਾ ਮਤਲਬ 500 ਤੋਂ ਵੱਧ 502 ਸੇਵਾਵਾਂ ਮਿਲਿਆ ਕਰਨਗੀਆਂ। ਸਵਾਲ ਤਾਂ ਗੱਲ ਤਾਂ ਬਹੁਤ ਵਧੀਆ। ਹੁਣ ਜਿਵੇਂ ਖੇਤੀਬਾੜੀ ਵਿਭਾਗ ਹੈ ਜਾਂ ਲੋਕਲ ਬਾਡੀਜ਼ ਹੈ ਜਾਂ ਜਿਹੜੀ ਹੈ ਟੈਕਨੀਕਲ ਐਜੂਕੇਸ਼ਨ ਹੈ, ਮੈਡੀਕਲ ਹੈ, ਇਹ ਸਾਰੀ ਐਜੂਕੇਸ਼ਨ, ਮੰਨ ਲਓ ਤੁਸੀਂ ਕੋਈ ਕੀੜੇ ਮਰ ਦਵਾਈਆਂ ਦਾ ਲਾਇਸੈਂਸ ਲੈਣਾ, ਤੁਹਾਨੂੰ ਚੱਕਰ ਲਾਉਣ ਦੀ ਲੋੜ ਨਹੀਂ, ਤੁਸੀਂ ਜਾਓ ਸੇਵਾ ਕੇਂਦਰ 'ਚ ਕਰ ਦਿਓ ਅਪਲਾਈ। ਤੁਸੀਂ PTG ਤੋਂ ਪੜ੍ਹੇ ਹੋ, ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ, ਤੁਹਾਨੂੰ ਕੋਈ ਡੁਪਲੀਕੇਟ ਸਰਟੀਫਿਕੇਟ ਚਾਹੀਦਾ, ਜਾਓ ਤੁਸੀਂ ਸੇਵਾ ਕੇਂਦਰ 'ਚ ਮਿਲ ਜੂਗਾ। ਤੁਸੀਂ ਕੋਈ ਕੰਮ ਕਰਨਾ, ਕੋਈ ਟੂਰਿਜ਼ਮ ਬਾਰੇ ਕੋਈ ਗੱਲ ਕਰਨੀ ਹੈ, ਸਾਰੇ ਕੰਮ ਇਹ ਸੇਵਾ ਕੇਂਦਰ ਨੂੰ ਚੰਗੀ ਗੱਲ ਕੀਤੀ ਹੈ, ਤੇ ਇਹ ਗੱਲ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਵੈਸੇ ਦੂਜੀ ਗੱਲ ਵੀ ਬਹੁਤ ਵਧੀਆ ਕਰ ਰਹੇ ਨੇ, ਜਿਵੇਂ ਕਿਹਾ ਸੀ ਨਾ ਬਜਟ 'ਚ ਅਸੀਂ 21 ਲੱਖ ਬਚਾਵਾਂਗੇ ਇਹਨੂੰ ਜਿਹੜਾ ਹੈ ਪੇਪਰਲੈਸ ਕਰਕੇ, ਉਸੇ ਤਰੀਕੇ ਨਾਲ ਦਫ਼ਤਰਾਂ ਦਾ ਕੰਮ ਵੀ ਜਿਹੜਾ ਹੈ ਉਹ ਵੀ ਚੇਂਜ ਹੋ ਰਿਹਾ, ਈ ਆਫਿਸ ਬਣ ਰਹੇ ਨੇ, ਇਲੈਕਟ੍ਰੋਨਿਕ ਦਫ਼ਤਰ ਬਿਲਕੁਲ
ਜਦੋਂ ਤੁਹਾਡੀ ਕੋਈ ਫਾਈਲ ਪਹਿਲਾਂ ਤਾਂ ਫਾਈਲਾਂ ਤੇ ਮਿੱਟੀ ਪਈ ਜਾਂਦੀ ਸੀ, ਹੁਣ ਜਦੋਂ ਕੋਈ ਅਪਲਾਈ ਕਰੂਗਾ ਤਾਂ ਟਾਈਮ ਉਹਦਾ ਡੇਟ ਸਾਰੀ ਕੰਪਿਊਟਰ 'ਚ ਹੋਊਗੀ ਤੇ ਇਹਦੇ ਨਾਲ ਪਾਰਦਰਸ਼ਤਾ ਹੋਊਗੀ, ਕੰਮ ਸਮੇਂ ਸਿਰ ਹੋਊਗਾ ਨਹੀਂ, ਘੱਟੋ ਘੱਟ ਜਵਾਬ ਦੇਣਾ ਪਊਗਾ ਵੀ ਕੰਮ ਕਿਉਂ ਨਹੀਂ ਕੀਤਾ। ਇਹ ਜਿਹੜਾ ਕੰਮ ਕੀਤਾ ਤੁਸੀਂ ਕਾਫੀ ਠੀਕ ਕਰ ਰਹੇ ਹੋ, ਇਹ ਫਾਈਲ ਸਿਸਟਮ ਕਰ ਦਿਓ ਖਤਮ। ਦੁਨੀਆ ਨੂੰ ਸਮੇਂ ਦੇ ਹਾਣ ਦਾ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਜੇ ਕਰ ਰਹੀ ਹੈ ਸਮੇਂ ਦੇ ਹਾਣ ਦਾ, ਹੋ ਰਹੇ ਹੈ ਤਾਂ ਬਹੁਤ ਵਧੀਆ ਗੱਲ ਹੋ ਰਹੀ ਹੈ। ਆਪਾਂ